ਸਸੀ ਗੱਲ ਵੇਲੀਓ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਮੱਲਾ ਜ਼ਿਲ੍ਹਾ ਫਰੀਦਕੋਟ ਬਾਈ ਬਤਾਰ ਦੇ ਕੋਲੇ ਬਹੁਤ ਬਹੁਤ ਸਵਾਗਤ ਹੈ ਬਾਈ ਬਤਾਰ ਪਹਿਲਾਂ ਤਾਂ ਆਪਣੇ ਚੈਨਲ ਤੇ ਤਾਂ ਥੋੜਾ ਥੋੜਾ ਬਹੁਤ ਧੰਨਵਾਦ ਵੀਰੇ ਇਹ ਟਾਈਮ ਕੱਢ ਕੇ ਤੁਸੀਂ ਪਹੁੰਚੇ ਫੇਰ ਨਹੀਂ ਨਹੀਂ ਅਸੀਂ ਤਾਂ ਬਾਈ ਨੰਗਣ ਲੱਗੇ ਹੀ ਮਾਹ ਚੱਲ ਭਰਾ ਨੂੰ ਮਿਲ ਜਗੇ ਤੇ ਫਿਰ ਚੱਲ ਦੋ ਘੋੜੇ ਆਪਣੇ ਕੋਲੇ ਆਏ ਹੋਏ ਮੈਂ ਵੀ ਦਿਖਾ ਦਈਏ ਤੇ ਬਤਾਰ ਗੱਲ ਕਰੀ ਪਹਿਲਾਂ ਆਹ ਬਾਈ ਇਹ ਬਾਈ ਜੀ ਰਾਹ ਦੀ ਚਕਾਰੀ ਦੀ ਆਪਣੇ ਦੀ ਇਹ ਰਾਜਾ ਅਨਸਕੋਟੇ ਦਾ ਬੱਚਾ ਠੀਕ ਹੈ ਬਈ ਹਾਂਜੀ ਤੇ ਕਪਤਾਨੇ ਦਾ ਨਾਮ ਹੈ ਕਪਤਾਨ ਦਾ ਰਾਜਾਂਸ ਕੋੜੇ ਦਾ ਬੱਚਾ ਹਾਂਜੀ ਹਾਂਜੀ ਠੀਕ ਜਾਲਨੀ ਸਰ ਵਾਲੇ ਦਾ ਜਾਲਨੀ ਸਰ ਵਾਲੇ ਦਾ ਹਾਂਜੀ ਹਾਂਜੀ ਤੇ ਉਮਰ ਕਿੰਨੀ ਹੋ ਗਈ ਬਈ ਜੀ ਉਮਰ ਹੋ ਗਈ ਬਈ 5.5 ਸਾਲ ਜੀ 5.5 ਸਾਲ ਦੇ ਤਕਰੀਬਨ ਉਮਰ ਹੈ ਬਾਕੀ 5 ਕਿਲੋਣਾ ਬਈ ਹਾਂ ਹਾਂ 5 ਕਿਲੋਣਾ 5 ਕਿਲੋਣਾ ਰਿਜ਼ਲਟ ਬਹੁਤ ਚੰਗਾ ਆਇਆ ਹੋਇਆ ਹਮ ਆਇਆ ਲਾ ਜਿਵੇਂ ਫੱਟਾ ਫੱਟੇ ਨਾ ਮਿੰਕੇ ਰੱਬ ਨੇ ਕਿੱਕ ਵੀ ਇੰਨੇ ਕਿ ਚਿੱਟੇ ਕਰਦਗੇ ਇਹਦੇ ਬਾਪ ਦਾ ਰਿਜ਼ਲਟ ਬਹੁਤ ਚੰਗਾ ਜੀ ਲੈਂਡ ਬਹੁਤ ਚੰਗੀ ਹੈ ਫੱਟਾ ਬਹੁਤ ਸੋਹਣਾ ਬਈ ਮੈਨੂੰ ਤਾਂ ਹੈ ਕਨਾਂ ਗੁੰਨਾਂ ਦਾ ਵੀ ਸ਼ਕੀਨ ਆ ਕੁੰਡੀਦਾਰ ਕੰਨ ਤੇ ਹਾਈਟ ਕਿੰਨੀ ਆ ਉਹਦਾ ਹਾਈਟ ਇਹਦੀ ਹੋਊਗੀ 61 ਇੰਚੀ 61 ਇੰਚ ਹਾਂ ਸਕੀਲ ਵਾਲੀ ਠੀਕ ਆ ਭਰਾ ਜਮਾ ਸਕੀਲ ਵਾਲੀ 61 ਇੰਚ ਹਾਈਟ ਆ ਤੇ ਬਕਾਉ ਆ ਇਹ ਵੀ ਹਾਂ ਇਹ ਸਕੀਲ ਦੀ ਠੀਕ ਆ ਦੋਨੇ ਕੋੜੇ ਸੀ ਲਵਸਤ ਹਾਂ ਦੋਨੇ ਕੋੜੇ ਸੀ ਲਵਸਤ ਸਵਾਰੀ ਸੂਰੀ ਦਾ ਪਾਸ ਆ ਬਾਈ ਜਮਾ ਕਰੂਗਾ ਹਾਂ ਸਵਾਰੀ ਦੋਨੇ ਉਹ ਚਾਰ ਦੰਦਾ ਬੱਚਾ ਜੀ ਸਵਾਰੀ ਦੋਨੇ ਚੰਗੀ ਫੋਟੋ ਵਧੀਆ ਐ ਕਰਾਉਂਦਾ ਹਨਾ ਬਾਈ ਆਕੜ ਕੇ ਜਮਾ ਫੋਟੋ ਫਿਰ ਪੱਥਰ ਦਾ ਬਣਿਆ ਹੁੰਦਾ ਉਹ ਹੈ ਨਹੀਂ ਚਮਨ ਕੇ ਚੱਲਦਾ ਹੱਲੇ ਨਹੀਂ ਜਿੱਥੇ ਖੜ ਗਿਆ ਉੱਥੇ ਖੜਾ ਸ਼ੋਅ ਕੁਆਲਟੀ ਵਾਲਾ ਜਾਨਵਰ ਹੈ ਹੱਲੇ ਨਹੀਂ ਜਮਾ ਫੋਟੋ ਆਏ ਜਮਾ ਜੱਜ ਕੇ ਅੜ ਕੇ ਦੇਖ ਹੁਣ ਵੀ ਦੇਖ ਕਿਹੜੇ ਲੋਟਕਰੀ ਖੜਾ ਜਮਾ ਜੋੜ ਜੂੜ ਕੇ ਕੰਨਾ ਹੈ ਪੂਜ ਬਣਾ ਕੇ ਖੜਦਾ ਪੂਰਾ ਤੇ ਹੋਰ ਬਾਈ ਮਾਂ ਵਗੈਰਾ ਵੀ ਡਿਟੇਲ ਉਤਾਰ ਮਾਂ ਦਾ ਨਹੀਂ ਪਤਾ ਜੀ ਆਪ ਨੂੰ ਮਾਂ ਸੀਗੀ ਅਲੀ ਸ਼ਾਨ ਲੈਣ ਚੋਂ ਮਾਂ ਦੀ ਤਾਂ ਸ਼ਾਇਦ ਡੈਥ ਹੋ ਗਈ ਜੀ ਠੀਕ ਹੈ ਬਾਈ ਮਾਂ ਦਾ ਆਪਾਂ ਨੂੰ ਕਨਫਰਮ ਨਹੀਂ ਹੈਗਾ ਤੇ ਭਾ ਵਗੈਰਾ ਬਈ ਮੁੱਲ ਵਗੈਰਾ ਆਪਾਂ ਦੱਸ ਸਕਦੇ ਵੀਡੀਓ ਚ ਕਿ ਨਹੀਂ ਵੀਡੀਓ ਚ ਨਹੀਂ ਵੀਰੋ ਫੋਨ ਤੇ ਹੋ ਜਾਊਗਾ ਫੋਨ ਤੇ ਹੋ ਜਾਊਗਾ ਹਾਂ ਕਿਉਂਕਿ ਪ੍ਰਾਈਵੇਸੀ ਵੀ ਉਹਦੇ ਚ ਜ਼ਰੂਰੀ ਆ ਬਾਈ ਹਨਾ ਤੇ ਦੂਜੇ ਦੀ ਬਾਈ ਉਹਦੀ ਗੱਲ ਕਰੀਏ ਕਾਲੇ ਡੰਡ ਦੀ ਉਹ ਅਲੀ ਸ਼ਾਨ ਲਾਈਨ ਚੋਂ ਬਾਈ ਹੂੰ ਉਹ ਅਲੀ ਸ਼ਾਨ ਲਾਈਨ ਚੋਂ ਆ ਹਾਂ ਕਾਲਾ ਬੜਾ ਬਾਈ ਯਾਰ ਧੁੱਪ ਚ ਤਾਂ ਐ ਲੱਗਦਾ ਜਿਵੇਂ ਕਾਲਾ ਰੰਗ ਬਹੁਤ ਜ਼ਿਆਦਾ ਪੱਕਾ ਹੈ ਹੂੰ ਬਹੁਤ ਜ਼ਿਆਦਾ ਪੱਕਾ ਰੰਗ ਆ ਐ ਲੱਗਦਾ ਜਿਵੇਂ ਧੁੱਪ ਤਾਂ ਬਦਲ ਲਈ ਨੀ ਉਹ 4 ਦੰਦੀ ਹੈ ਬੱਚਾ ਹਜੇ ਹੂੰ ਚਾਰ ਦੰਦ ਦਾ ਬਾਈ ਬਾਕੀ ਕਟਿੰਗ ਬੜੀ ਸੋਹਣੀ ਹੈਗੀ ਚੈਸਟ ਕੋਲੇ ਹੋਰ ਆਪਣੇ ਜਿੰਨੇ ਵੀ ਹਨਾ ਕਟਿੰਗ ਬੜੀ ਸੋਹਣੀ ਹੈਗੀ ਸਾਰੀ ਮਸਲ ਪੂਰੇ ਘੈਂਟ ਆ ਤੇ ਚਾਰ ਦੰਦ ਦਾ ਬਾਈ ਉਂ ਜੇ ਇਹ ਦੇਖੀ ਤਾਂ ਕਿੰਨੀ ਹੋ ਗਈ ਹੋ ਗਈ ਇਹ ਜੇ ਦੀ ਹੋਊਗੀ ਬਾਈ ਜੀ 4 ਸਾਲ ਦੇ ਕਰੀ 4 ਸਾਲ ਦੇ ਦੇ ਸਾਢੇ 3-4 ਸਾਲ ਦੇ ਕਰੀ ਅਜਾ ਬਾਈ ਦੇ ਬਲੱਡ ਲਾਈਨ ਬਲੱਡ ਲਾਈਨ ਵਾਲੀ ਸ਼ਾ ਲੈਨ ਚ ਇਹਦੇ ਬਾਪ ਦੀ ਡਿਟੇਲ ਸਾਰੀ ਲਿਖੀ ਹੋਈ ਆਪਣੇ ਫਿਲਹਾਲ ਨੂੰ ਮੇਰੇ ਯਾਦ ਨਹੀਂ ਠੀਕ ਹੈ ਬੰਦਾ ਲਿਖੀ ਹੋਈ ਹੈ ਜੇ ਕੋਈ ਭਰਾ ਡੀਲ ਕਰਦਾ ਤਾਂ ਉਹ ਪ੍ਰੋਪਰ ਹੁਣ ਦੱਸੀ ਜਾਊਗੀ ਹਾਂ ਪ੍ਰੋਪਰ ਸਾਰਾ ਦੱਸਿਆ ਹੋਊਗਾ ਹੂੰ ਡਿਟੇਲ ਆਪਾਂ ਨੂੰ ਹਲੇ ਇਹਦੀ ਹਾਈਟੇ ਦੀ ਕਾਰਟਨਸ ਕਾਰਟਨ ਚੀ ਉਦੀ ਆ ਹੂੰ ਤੇ ਉਹਦੇ ਦੋ ਬਾਰ ਚਿੱਟੇ ਤੇ ਫੁੱਲ ਆ ਬਈ ਮੱਥੇ ਹੂੰ ਬੂਮ ਬਾਰ ਚਿੱਟੇ ਮੱਥੇ ਫੁੱਲ ਆ ਪਾਣ ਦਾ ਪੱਤਾ ਠੀਕ ਆ ਬਈ ਜਿਵੇਂ ਪਾਣ ਦਾ ਪੱਤਾ ਉਹ ਵੀ ਐਂ ਲੱਗਦਾ ਐਵੇਂ ਜਿਵੇਂ ਮਿਣਕੇ ਲਾਇਆ ਹੁੰਦਾ ਹਨ ਹੂੰ ਹੂੰ ਬੜੇ ਬਈ ਯਾਰ ਉਹ ਦਰ ਕਿੱਥੋਂ ਲੈਉਣਾ ਜਾਨਵਰ ਕੱਢ ਕੇ ਤਾਂ ਐਂ ਰਹੇ ਬਸ ਆਈਆਂ ਨੇ ਜਲ ਹੁੰਦਾ ਜੇ ਜਾਨਵਰ ਦਾ ਮਨ ਕੀਤਾ ਲੋ ਚੰਗੀਆਂ ਚੀਜ਼ਾਂ ਉਹ ਪਹਿਲਾਂ ਜਦੋਂ ਆਪਾਂ ਪਹਿਲਾਂ ਵੀਡੀਓ ਕਰਕੇ ਗਏ ਆ ਬਈ ਉਦੋਂ ਆਪਣੇ ਕੋਲੇ ਕਿਹੜਾ ਸੀ ਉਹ ਕਪਤਾਨ ਦਾ ਉਹ ਟਾਈਗਰ ਸੀਗਾ ਟਾਈਗਰ ਕੈਪਟਨ ਦਾ ਬੱਚਾ ਸੀ ਠੀਕ ਆ ਬਈ ਉਹ ਵੀ ਸੇਲ ਹੋ ਗਿਆ ਹਨ ਹਾਂ ਉਹ ਵੀ ਸੇ ਉਹ ਵੀ ਬੜੀ ਤਗੜੀ ਚੀਜ਼ ਸੀ ਭਰਾ ਹਾਂ ਬਹੁਤ ਚੰਗਾ ਬੱਚੇ ਦਾ ਕੰਦ ਬਹੁਤ ਆਇਆ ਬਾਕੀ ਸੁੰਬਾ ਵਗੈਰਾ ਦੀ ਮਜ਼ਬੂਤੀ ਬਹੁਤ ਆ ਗਾਮਚੀ ਵਗੈਰਾ ਦੀ ਤੇ ਇਹ ਵੀ ਸੇਲ ਆ ਭਰਾ ਹਾਂ ਇਹ ਵੀ ਸੇਲ ਹੈ ਠੀਕ ਆ ਮੁੱਲ ਭਾ ਆਪਣਾ ਫੋਨ ਤੇ ਹੋਊਗਾ ਫੋਨ ਤੇ ਹੋਊਗਾ ਤੇ ਮੀਟਿੰਗ ਦੋਨਾਂ ਦੀ ਚੱਲੂ ਆ ਬਾਈ ਉਤਰ ਹਾਂਜੀ ਹਾਂਜੀ ਇਹ ਕਈ ਵਾਰੀ ਕੋਈ ਭਰਾ ਸਰਵਿਸ ਤੇਰੇ ਤੋਂ ਲੈਣਾ ਜੇ ਹਾਂ ਹਾਂ ਉਹ ਚੱਲੂ ਆ ਵੀਰ ਕੋਈ ਚੱਕਰ ਨਹੀਂ ਠੀਕ ਆ ਬਾਈ ਉਹ ਤੋਂ ਤਾਂ ਅਸੀਂ ਪੰਜੇ ਘੋੜਿਆਂ ਮੀਟ ਕਰਵਾਵਾਂਗੇ ਹੂੰ ਇਹ ਤੋਂ ਵੀ ਅਸੀਂ ਮੰਨ ਕੇ ਤਾਂ ਸਾਡੇ ਕੋਲ ਆਏ ਨੂੰ ਥੋੜਾ ਟਾਈਮ ਹੀ ਹੋਇਆ ਤਾਂ ਉਹਨਾਂ ਨੂੰ ਦੋ ਦੋ ਮਹੀਨੇ ਹੋਏ ਮਹੀਨਾ ਇਹਨੂੰ ਤਾਂ ਮਹੀਨੇ ਨਹੀਂ ਤੇ ਇਹ ਤੋਂ 5-7 ਘੋੜੀਆਂ ਮੀਟ ਕਰਾਤੀਆਂ ਸੀ ਬਾਕੀ ਪਿੱਛੇ ਤੁਸੀਂ ਕਰਾ ਦਿੰਗਾ ਪਿੱਛੇ ਬਹੁਤ ਇਹਦਾ ਰਿਜ਼ਲਟ ਬਹੁਤ ਚੰਗਾ ਹੈ ਬੱਚਿਆਂ ਦੀਆਂ ਫੋਟੋਆਂ ਸਾਰੀ ਡਿਟੇਲ ਆਪਾਂ ਦੇਵਾਂਗੇ ਅੱਛਾ ਬਈ ਪਿੱਛੇ ਇਹਦੇ ਰਿਜ਼ਲਟ ਆਏ ਹੋਏ ਹਨ ਰਿਜ਼ਲਟ ਬਹੁਤ ਚੰਗਾ ਆਇਆ ਹੋਇਆ ਆਪਣੇ ਕੋਲ ਹੈਗੇ ਆ ਅਵੇਲੇਬਲ ਫੋਟੋਆਂ 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 ਸਾਰਾ ਕੁਝ ਤੇ ਪਿਓ ਦੀ ਫੋਟੋ ਵੀ ਸਾਰਾ ਕੁਝ ਮਿਲੂਗਾ ਠੀਕ ਹੈ ਬਈ ਉਹ ਡਿਟੇਲ ਮਿਲ ਜੂਗੀ ਉਹਦੇ ਹਲੇ ਪੋਸੀਬਲ ਨਹੀਂ ਹੈਗੇ ਰਿਜ਼ਲਟ ਵਾਜਾ ਉਹ ਰਿਜ਼ਲਟ ਆ ਜੀ ਤਾਂ ਸੱਡਾ ਹੀ ਹੋਣਾ ਤਾਂ ਬੱਚੇ ਜੀ ਹੂੰ ਉਹ ਤਾਂ ਬੱਚੇ ਜੀ ਆ ਗਏ ਹਲੇ ਉਹਦੇ ਪੋਸੀਬਲ ਨਹੀਂ ਤੇ ਇਹਦੇ ਵੇ ਉਹੀ ਭਰਾ ਜੇਕਰ ਲੈਣ ਦਾ ਚਾਹਵਾਨ ਹੋਵੇ ਘਰ ਰੈਸਟਾਲੀ ਨੂੰ ਪਾਲਣਾ ਚਾਹੁੰਦਾ ਤਾਂ ਬਾਈ ਵਜ਼ਾਰ ਦਾ ਨੰਬਰ ਤੁਹਾਨੂੰ ਮੈਂ ਡਿਸਪਲੇ ਤੇ ਦੇ ਦਿੱਤਾ ਬਾਈ ਨੂੰ ਕਾਲ ਕਰੋ ਤੇ ਘੋੜੇ ਦੀ ਕਰ ਲਓ ਜੀ ਡੀਲ ਫਾਈਨਲ ਬਾਕੀ ਬਤਰ ਧੰਨਵਾਦ ਬਾਈ ਤੇਰਾ ਜਾਨਵਰ ਦੇਖ ਕੇ ਤੇਰੇ ਰੂਹ ਖੁਸ਼ ਹੋ ਗਈ ਖਾਸ ਕਰਕੇ ਉਹ ਨੂੰ ਪਤੰਦਰ ਦਾ ਰੰਗ ਬੜਾ ਚੱਕਮਾ ਹੈ ਹਾਂ ਬਾਕੀ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਟਾਈਮ ਕੱਢ ਕੇ ਆਏ ਸਾਡੇ ਕੋਲੇ ਠੀਕ ਹੈ ਬਾਕੀ ਆਪਾਂ ਜਿਹੜਾ ਦੂਜੇ ਫਾਰਮ ਵਾਲੀਆਂ ਤੋਂ ਪਾਂ ਲੱਗਣ ਦਿਓ ਜਾਨਵਰ ਜਿਹੜੇ ਹੁਣ 15 20 ਹੋਰ ਆ ਉਹ ਵੀ ਉਹ ਵੀ ਬਈਓ ਹਾਂ ਆਪਣੇ ਮਿੱਤਰਾਂ ਨੂੰ ਦੱਸ ਦਈਏ ਵੀ ਭਾਈ ਸਾਹਿਬ ਉਹਦੋਂ ਕਿਰਾ ਲੋਹੜੀ ਤੋਂ ਬਾਅਦ ਰੱਖਾਂ ਹਾਂ ਲੋਹੜੀ ਤੋਂ ਬਾਅਦ ਰੱਖਾਂ ਲੋਹੜੀ ਤੋਂ ਬਾਅਦ ਤੁਹਾਡੇ ਵਾਸਤੇ ਆਫਰ ਲੈ ਕੇ ਆਵਾਂਗੇ ਘੋੜੀਆਂ ਤੇ ਘਟੂ ਘਟਾ 15 15 20 ਜੀ ਕੁੜੀਆਂ ਤਾਂ ਹੁਣੀਆਂ ਆ ਰਾਮਦਰਨਾ ਸੇਲ ਆਉਣੀਆਂ ਹਾਂ 15 20 ਘੋੜੀਆਂ ਸੇਲ ਆਲੀਆਂ ਹਰੇਕ ਮੁੱਲ ਦੀ ਮਿਲ ਜੂਗੀ ਹਰੇਕ ਭਾਅ ਦੀ ਉੱਚੀ ਰੇ ਉੱਚੇ ਮੁੱਲ ਦੀ ਲੈ ਤੇ ਭਾਲੀ ਲੈਣੀ ਦਾ ਭਾਲੀ ਵੀ ਅਵੇਲੇਵਲ ਹੋ ਜਾ ਬਾਕੀ ਜਾਨਵਰ ਹੁੰਦਾ ਹਾਂਜੀ ਖੜੇ ਕੁਝ ਜਾਨਵਰ ਤੁਸੀਂ ਫੋਟੋਆਂ ਮੰਗਾ ਸਕਦੇ ਹੋ ਹਲੇ ਅਸੀਂ ਵੀਡੀਓ ਨਹੀਂ ਪਾਉਂਦੇ ਸੇੜ ਲਣੀਆਂ ਘੋੜੀਆਂ ਦੀ ਅਵਤਾਰ ਨੂੰ ਘਾਟੀ ਕਰ ਲਓ ਜੇ ਕਿਸੇ ਭਰਾਣੇ ਲੈਣੀ ਦਾ ਤੁਹਾਨੂੰ ਫੋਟੋਆਂ ਮਿਲ ਜਾਣਗੀਆਂ ਤੇ ਬਾਕੀ ਬਿੱਲੀ ਆਪਣੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ